अभी सुन रहे हो चावला न्यूज नेटवर्क टोरंटो CNN टोरंटो। साहब वेलकम जी, आनु स्वागत है, सत श्री अकाल। सत श्री अकाल चावला साहब, सत श्री अकाल सारे दर्शकों श्रोतियों जी, धन्यवाद नाल जोड़नी चावला साहब, शुक्रिया तुहाडा जी। गुड इवनिंग है। भारत च कहिंदे ठंड आ गई, राजस्थान समेत उत्तरी भारत विच अपना जोर दिखाउण लगी है। माउंट आबू विच पारा 6 डिग्री तक डिग पंदी खबरां ने, ਇਹ ਪਹਿਲਾਂ ਵੀ ਇਸ ਤਰ੍ਹਾਂ ਜਾਂ ਫਿਰ ਗਲੋਬਲ ਵਾਰਮਿੰਗ ਕਰਕੇ ਮਹਿਸੂਸ ਕੀਤਾ ਜਾ ਰਿਹਾ? ਵੈਸੇ ਨਾ ਇਹ ਠੰਡ ਤਾਂ ਖੈਰ ਠੰਡ ਦਾ ਮੌਸਮ ਤਾਂ ਹੋ ਹੀ ਗਿਆ ਚਾਵਲਾ ਸਭ, ਦੀਵਾਲੀ ਦੇ ਮੌਕੇ ਨਾ ਪਹਿਲਾਂ ਵੀ ਨਾ ਦੀਵਾਲੀ ਤੋਂ ਬਾਅਦ ਪਸ਼ੂਆਂ ਨੂੰ ਨਾ ਅੰਦਰ ਬੰਨਿਆ ਕਰਦੇ ਸੀਗੇ, ਪਹਿਲਾਂ ਹੁੰਦਾ ਸੀ ਤੇ ਦੀਵਾਲੀ ਤੋਂ ਬਾਅਦ ਪਸ਼ੂ ਮਤਲਬ ਪਸ਼ੂ ਬਾਹਰ ਹੁੰਦੇ ਸੀਗੇ ਤੇ ਫਿਰ ਅੰਦਰ ਬੰਨਣਾ ਸ਼ੁਰੂ ਕਰ ਦਿੰਦੇ ਦੀਵਾਲੀ ਤੋਂ ਕੁਛ ਟਾਈਮ ਬਾਅਦ। ਇਸ ਵੇਲੇ ਇਸ ਵਾਰੀ ਤੇ ਕੁਛ ਨਾ ਕੁਛ ਸਾਲਾਂ ਤੋਂ ਉਸ ਸਮੇਂ ਤੋਂ ਠੰਡ ਵੀ ਛੇਤੀ ਆ ਜਾਂਦੀ ਹੈ ਤੇ ਗਰਮੀ ਵੀ ਛੇਤੀ ਆ ਜਾਂਦੀ ਹੈ ਤੇ ਗਲੋਬਲ ਵਾਰਮਿੰਗ ਦਾ ਹੈਗਾ ਜਾਂ ਕੋਈ ਹੋਰ ਕਾਰਨ ਹੈਗਾ, ਕੁਦਰਤ ਦਾ ਭਾਣਾ ਹੈਗਾ ਜੀ, ਕੁਦਰਤ ਕੁਛ ਵੀ ਕਰ ਸਕਦੀ ਹੈ, ਕੁਦਰਤ ਦੇ ਹੱਥ ਵਿੱਚ ਬਹੁਤ ਕੁਛ ਹੁੰਦਾ ਤੇ ਠੰਡ ਹੋ ਗਈ ਹੈ ਜੀ। ਮਾਊਂਟ ਆਬੂ ਵਿੱਚ ਤਾਂ 6 ਤੱਕ ਪਹੁੰਚ ਗਿਆ ਡਿਗਰੀ ਤੱਕ ਤੇ ਸ਼ਿਮਲੇ ਵਿੱਚ ਵੀ ਠੰਡ ਹੈਗੀ ਹੈ ਜੀ, ਹੋ ਗਈ ਆ ਤੇ ਭਾਰਤ ਉੱਤਰੀ ਭਾਰਤ ਵਿੱਚ ਤੁਸੀਂ ਜੰਮੂ ਕਸ਼ਮੀਰ ਲੈ ਲਓ ਕਾਫੀ ਠੰਡ ਹੈ ਤੇ ਪੰਜਾਬ ਦੇ ਵਿੱਚ ਤੁਸੀਂ ਠੁੱਠੁਰ ਕਰਨ ਲੱਗ ਪਏ ਹੋ ਸਵੇਰੇ ਸਵੇਰੇ। ਦਿਨ ਵਿੱਚ ਥੋੜ੍ਹਾ ਠੀਕ ਹੁੰਦਾ, ਦਿਨ 'ਚ ਥੋੜ੍ਹਾ ਦਿਲ ਕਰਦਾ ਵੀ ਤੁਸੀਂ ਧੁੱਪ ਵਿੱਚ ਬਹਿ ਜਾਵੋ, ਦਿਨ 'ਚ ਵੀ ਥੋੜ੍ਹਾ ਮਨ ਧੁੱਪ ਵਿੱਚ ਬੈਠਣ ਨੂੰ ਜੀ ਕਰਦਾ ਤੇ ਪਰ ਸਵੇਰੇ ਸਵੇਰੇ ਠੰਡ ਤੁਹਾਨੂੰ ਹੁੰਦੀ ਹੈ, ਠੁੱਠੁਰ ਥੋੜ੍ਹਾ ਮਨ ਕਰਦਾ ਵੀ ਆਪਾਂ ਕਿਤੇ ਅੱਗ ਦੇ ਕੋਲ ਬਹਿ ਜਾਈਏ। ਤੋ ਠੰਡ ਕਾਫੀ ਹੋਣ ਲੱਗ ਗਈ ਹੈ ਚਾਵਲਾ ਸਾਹਿਬ ਤੇ ਠੰਡ ਚੰਗੀ ਵੀ ਹੈ, ਹੋਣੀ ਵੀ ਚਾਹੀਦੀ ਹੈ, ਠੰਡ ਦੇ ਮੌਕੇ ਠੰਡ ਹੋਣੀ ਚਾਹੀਦੀ ਹੈ, ਗਰਮੀ ਦੇ ਮੌਕੇ ਗਰਮੀ ਹੋਣੀ ਚਾਹੀਦੀ ਹੈ ਤੇ ਜਿੱਦਾਂ ਦਾ ਪੰਜਾਬ ਦਾ ਮੌਸਮ ਆ ਫਸਲਾਂ ਵਾਸਤੇ ਚਾਵਲਾ ਸਾਹਿਬ। ਉਪ ਰਾਸ਼ਟਰਪਤੀ ਭਾਰਤੀ ਜਗਦੀਪ ਧਨਖੜ ਦਾ ਬਿਆਨ ਹੈ ਮੀਡੀਆ ਬਾਰੇ, ਮੀਡੀਆ ਦਾ ਕੰਮ ਸਿਰਫ ਤੇ ਸਿਰਫ ਸੱਚ ਦਿਖਾਉਣਾ, ਸੀਸਾ ਦਿਖਾਉਣਾ, ਅਜਿਹਾ ਹੋ ਰਿਹਾ ਚਾਵਲਾ ਸਾਹਿਬ? ਕੱਲ ਅਸਲ ਚ ਨਾ ਭਾਰਤ ਦਾ ਕੌਮੀ ਪ੍ਰੈਸ ਡੇ ਸੀਗਾ ਜੀ, ਕੌਮੀ ਪ੍ਰੈਸ ਦਿਵਸ ਸੀਗਾ ਕੱਲ, ਕੱਲ ਵੱਖ ਵੱਖ ਥਾਵਾਂ ਤੇ ਪ੍ਰੈਸ ਡੇ ਮਨਾਇਆ ਗਿਆ। ਰਾਸ਼ਟਰਪਤੀ ਸਾਹਿਬ ਵੀ ਪ੍ਰੈਸ ਡੇ ਮਨਾਉਣ ਵਾਸਤੇ ਇੱਕ ਜਗ੍ਹਾ ਮੁੱਖ ਮਹਿਮਾਨ ਦੇ ਤੌਰ ਤੇ ਗਏ ਸੀਗੇ, ਉਹਨਾਂ ਨੇ ਉੱਥੇ ਗੱਲ ਕੀਤੀ ਆ ਕਿ ਮੀਡੀਆ ਦਾ ਕੰਮ ਹੈ ਸੱਚ ਦਿਖਾਉਣਾ। ਉਹ ਮੇਰੇ ਖਿਆਲ 'ਚ ਉਹਨਾਂ ਨੂੰ ਕਹਿ ਰਹੇ ਆ ਜਿਹੜੇ ਮੀਡੀਆ ਵਾਲੇ ਨਰਿੰਦਰ ਮੋਦੀ ਦਾ ਭਾਜਪਾ ਦੀ ਆਲੋਚਨਾ ਕਰਦੇ ਆ, ਜਿਹਨਾਂ ਵਿੱਚ ਕਿ ਰਵੀਸ਼ ਕੁਮਾਰ ਵੀ ਹੈਗੇ ਆ, ਜਿਹਨਾਂ ਵਿੱਚ ਕਿ ਹੋਰ ਕਈ ਅਭਿਸਾਰ ਵਰਗੇ ਵੀ ਹੈਗੇ ਆ ਅਤੇ ਬਹੁਤ ਸਾਰੇ ਕਾਫੀ ਬੰਦੇ ਹੈਗੇ ਆ ਵਾਜਪਾਈ ਵਰਗੇ, ਉਹਨਾਂ ਨੂੰ ਸ਼ਾਇਦ ਆਖੇ ਜਾਂਦੇ ਸੱਚ ਦਿਖਾਉਣਾ, ਉਹ ਕਹਿੰਦੇ ਵੀ ਉਹ ਝੂਠ ਬੋਲਦੇ ਆ, ਇਸੇ ਕਰਕੇ ਨਿਊਜ਼ ਕਲਿੱਕ ਦੇ ਉੱਪਰ ਬੜੇ ਵੱਡੇ ਵੱਡੇ ਹਮਲੇ ਅਟੈਕ ਕੀਤੇ ਜਾ ਰਹੇ ਨੇ। ਨਿਊਜ਼ ਕਲਿੱਕ ਜਿਹੜੀ ਉਹ ਜੋ ਕੁਛ ਹੈ ਦਿਖਾਉਂਦੀ ਆ ਉਹ, ਅਤੇ ਜਿਹੜਾ ਨਾ ਮੈਂ ਗਿਣਤੀ ਕਰ ਰਿਹਾ ਸੀਗਾ ਸਟੇਟ ਰਾਜਾਂ ਦੇ ਸੂਬਿਆਂ ਦੇ ਛੋਟੇ ਅਤੇ ਵੱਡੇ ਚੈਨਲ, ਤਕਰੀਬਨ 650 ਚੈਨਲ ਹੈਗਾ ਜਿਹੜਾ ਕਿ ਭਾਜਪਾ ਦੇ ਗੁਣਗਾਨ ਕਰ ਰਿਹਾ ਭਾਰਤ ਵਿੱਚ, 650 ਮਤਲਬ ਕਿ ਜਿਹੜੇ ਛੋਟੇ ਆ, ਕੋਈ ਛੋਟਾ ਚੈਨਲ ਹੈਗਾ, ਕੋਈ ਯੂਟਿਊਬ ਚੈਨਲ ਹੈਗਾ, ਕੋਈ 600 ਤੋਂ ਵੱਧ 650 ਦੇ ਕਰੀਬ ਚੈਨਲ ਹੈਗੇ ਨੇ ਜੋ ਭਾਜਪਾ ਦਾ ਦਿਨ ਰਾਤ ਗੁਣਗਾਨ ਕਰਨ ਲੱਗਾ ਹੋਇਆ, ਜੋ ਮੋਦੀ 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 ਕਰਦਾ। ਸ਼ਾਇਦ ਧਨਖੜ ਸਾਹਿਬ ਉਹਨਾਂ ਵਾਲੇ ਪਾਸੇ ਨਹੀਂ ਜਾ ਰਹੇ ਅਤੇ ਚਾਹੀਦਾ ਇਹ ਆ ਕਿ ਮੀਡੀਆ ਦੇ ਬਾਰੇ ਕੋਈ ਰੈਗੂਲੇਸ਼ਨ, ਕੋਈ ਰੂਲ ਬਣੇ, ਕੋਈ ਨਿਯਮ ਬਣੇ। ਵੈਸੇ ਤਾਂ ਬਣੇ ਹੋਏ ਨੇ ਪਹਿਲਾਂ, ਪਰ ਉਹ ਸਾਰੇ ਹੀ ਮੇਰੇ ਖਿਆਲ 'ਚ ਪ੍ਰਿੰਟ ਮੀਡੀਆ ਵਾਲੇ ਨੇ ਚਾਵਲਾ ਸਾਹਿਬ, ਉਹ ਅਜੇ ਤੱਕ ਨਾ ਇਲੈਕਟ੍ਰੋਨਿਕ ਮੀਡੀਆ ਦੇ ਬਾਰੇ ਕੋਈ ਨਾ ਤਾਂ ਕੋਈ ਬੋਡੀ ਬਣੀ ਆ, ਨਾ ਕੋਈ ਕੌਂਸਲ ਬਣੀ ਆ, ਉਹ ਸਿਰਫ ਪ੍ਰੈਸ ਕੌਂਸਲ ਆਫ ਇੰਡੀਆ ਜਿਹੜੀ ਹੈਗੀ ਆ, ਉਹ ਵੀ ਮੇਰੇ ਖਿਆਲ ਪ੍ਰਿੰਟ ਮੀਡੀਆ ਵਾਸਤੇ ਆ। ਅਤੇ ਧਨਖੜ ਸਾਹਿਬ ਕਹਿੰਦੇ ਆ ਵੀ ਸੱਚ ਦਿਖਾਉਣਾ, ਸੱਚ ਨਹੀਂ ਦਿਖਾਇਆ ਜਾ ਰਿਹਾ ਚਾਵਲਾ ਸਾਹਿਬ, ਅਸਲ ਵਿੱਚ ਬੜਾ ਕੁਛ ਉਲਟਾ ਪੁਲਟਾ ਹੋ ਰਿਹਾ ਭਾਰਤ ਵਿੱਚ ਮੀਡੀਆ ਦੇ ਜ਼ਰੀਏ। 9058131320905813120 ਗਾਜ਼ਾਪੱਟੀ ਦੇ ਵਿੱਚ ਕਿਹੜਾ ਸੱਚ ਦਿਖਾ ਰਿਹਾ ਮੀਡੀਆ? ਹੁਣ ਉੱਥੇ ਕਰ ਕੋਈ ਰਿਹਾ, ਬਦਨਾਮ ਕੋਈ ਹੋ ਰਿਹਾ, ਸ਼ੁਰੂਆਤ ਹਮਾਸ ਨੇ ਕੀਤੀ ਆ ਦੁਨੀਆਂ ਦੇ ਵਿੱਚ, ਉਹਦੀ ਨਿਖੇਧੀ ਹੋਈ, ਹਰ ਕੋਈ ਨਿਖੇਧੀ ਕਰ ਰਿਹਾ, ਪਰ ਜਿਹੜੇ ਉੱਥੇ ਬੇਦੋਸ਼ੇ ਮਾਰ ਰਹੇ ਨੇ ਉਹਨਾਂ ਪ੍ਰਤੀ ਜੇ ਕੋਈ ਸਨੇਹ ਦਿਖਾਉਂਦਾ ਤੇ ਉਹਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ, ਪਰ ਜੇ ਗੂੰਗਲੂਆਂ ਤੋਂ ਮਿੱਟੀ ਝਾੜਦਾ ਤੇ ਫਿਰ ਠੀਕ ਠੀਕ ਆ, ਤੇ ਜੇ ਕੋਈ ਖੁੱਲ੍ਹ ਕੇ ਬੋਲਦਾ ਕਿ ਠੀਕ ਹੈ ਬਈ ਭਾਜਪਾ ਜਿਹੜੀ ਉੱਥੇ ਹਮਾਸ ਨੇ ਜੋ ਕੀਤਾ ਬਹੁਤ ਮਾੜਾ ਕੀਤਾ, ਪਰ ਉੱਥੇ ਇਨੋਸੈਂਟ ਲੋਕ ਜਿਹੜੇ ਮਾਰੇ ਜਾ ਰਹੇ ਨੇ, ਹੁਣ 13,000 ਤੋਂ ਉੱਤੇ, 14,000 ਤੋਂ ਉੱਤੇ ਤਾਂ ਇਹ ਗਿਣਤੀ ਦੱਸਦੇ ਪਏ ਨੇ, ਤੇ ਮੇਰੇ ਖਿਆਲ ਦੇ ਵਿੱਚ ਇਹਨੂੰ ਇੱਕ 0 ਲਾ ਲਓ ਤੁਸੀਂ, ਜਿਸ ਜੋ ਉੱਥੇ ਹਾਲਾਤ ਬਣੇ ਹੋਏ ਨੇ, ਇੱਟ ਨਾ ਇੱਟ ਖੜਕਾ ਕੇ ਰੱਖ ਦਿੱਤੀ ਹੈ, ਕੋਈ ਬਿਲਡਿੰਗ ਸਬੂਤੀ ਨਹੀਂ ਬਚੀ, ਸਕੂਲ ਕਾਲਜ ਤੱਕ ਹੀ ਇਹਨਾਂ ਨੇ ਹੋਸਪਿਟਲ ਤੱਕ ਨਹੀਂ ਬਖਸ਼ੇ, ਉਹ ਬਹਾਨੇ ਨਾਲ ਕਹਿ ਰਿਹਾ ਕਿ ਥੱਲੇ ਸੁਰੰਗਾਂ ਨੇ ਇਹਦੀਆਂ, ਹੋ ਸਕਦਾ ਉਹਨਾਂ ਕੋਲ ਹੋਣ ਵੀ, ਪਰ ਇਨੋਸੈਂਟ ਲੋਕਾਂ ਦਾ ਕੀ ਕਸੂਰ ਹੈ?
ਹਸਪਤਾਲ ਵਿੱਚ ਹੀ ਪਹੁੰਚ ਗਏ ਜੀ ਹਸਪਤਾਲ। ਉਹ ਕਹਿੰਦੇ ਜੀ ਬਲਡੋਜ਼ਰ ਚਲਾਉਣਾ, ਬਖਸ਼ਣਾ ਹੀ ਨਹੀਂ ਇਹਨਾਂ ਨੂੰ, ਖਤਮ ਕਰ ਦੇਣਾ ਮਲੀਆ ਮਿਰ, ਕਿਸੇ ਚੀਜ਼ ਦਾ ਅੰਤ ਥੋੜ੍ਹੀ ਹੁੰਦਾ, ਕਿਸੇ ਚੀਜ਼ ਦਾ। ਉਹ ਤਾਂ ਨਿਕਲ ਗਏ ਹੋਣਗੇ, ਅੰਤ ਨਹੀਂ ਹੁੰਦਾ। ਹਾਂਜੀ ਜੀ ਜੁੜ ਚੁੱਕੇ ਨੇ ਸਾਡੇ ਨਾਲ, ਵੈਲਕਮ। ਥੈਂਕ ਯੂ ਦਿਲਬਾਗ ਜੀ, ਲਿਸਨਰਸ ਵੀਰ ਨੂੰ ਸਤਿ ਸ੍ਰੀ ਅਕਾਲ, ਕਿਦਾਂ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਜੀ, ਸਤਿ ਸ੍ਰੀ ਅਕਾਲ ਅੰਜੂ ਜੀ, ਸਤਿ ਸ੍ਰੀ ਅਕਾਲ। ਸੋ ਗੱਲ ਚੱਲ ਰਹੀ ਮੀਡੀਆ ਦੀ ਕਿ ਉੱਥੋਂ ਕਿਹੜੀ ਸਹੀ ਤਸਵੀਰ ਆ ਰਹੀ ਹੈ, ਉਹੀ ਦਿਖਾਇਆ ਜਾ ਰਿਹਾ, ਉਹੀ ਸੁਣਾਇਆ ਜਾ ਰਿਹਾ। ਅੰਤਰਰਾਸ਼ਟਰੀ ਪੱਧਰ 'ਤੇ ਇਕੱਲਾ ਭਾਰਤੀ ਮੀਡੀਆ ਨਹੀਂ, ਅੰਤਰਰਾਸ਼ਟਰੀ ਪੱਧਰ 'ਤੇ ਅੱਜ ਉਹੀ 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 ਉਹਦੀ ਤੂਤੀ ਵੱਜਦੀ ਜਿਹਦੇ ਕੋਲ ਜ਼ੋਰ ਹੈ, ਸੁਪਰ ਪਾਵਰ ਜਿਹਦੇ ਕੋਲ। ਰਾਜਸਥਾਨ ਵਿੱਚ ਪਤਾ ਲੱਗਾ ਕਿ ਭਾਜਪਾ ਨੇ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ, ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਅਸਲ ਵਿੱਚ ਨਾ ਰਾਜਸਥਾਨ ਦੀਆਂ ਚੋਣਾਂ ਅੱਗੇ ਹੋਣੀਆਂ ਨੇ, ਅੱਜ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੀਆਂ ਚੋਣਾਂ ਅੱਜ ਹੋਣਗੀਆਂ ਜੀ। ਜੀ, 36 ਸੀਟਾਂ ਨੇ ਜੀ ਮੱਧ ਪ੍ਰਦੇਸ਼ ਦੀਆਂ, 230 ਸੀਟਾਂ ਨੇ ਜੀ ਉਹਨਾਂ ਦੀਆਂ ਚੋਣਾਂ ਅੱਜ ਜੀ ਹੁਣ 8 ਵਜੇ ਦੇ ਕਰੀਬ। ਅਤੇ ਪਰ ਰਾਜਸਥਾਨ ਦੇ ਬਾਰੇ ਵਿੱਚ ਨਾ ਜੀ, ਜੋ ਘੋਸ਼ਣਾ ਪੱਤਰ ਹੈ, ਜੋ ਉਹਨਾਂ ਦਾ ਚੋਣ ਮਨੋਰਥ ਪੱਤਰ ਹੁੰਦਾ ਭਾਜਪਾ ਦਾ, ਕੱਲ੍ਹ ਜਾਰੀ ਕਰਤਾ ਉਹਨਾਂ ਨੇ, ਅਤੇ ਉਹਨਾਂ ਨੇ ਕਾਫੀ ਐਲਾਨ ਕੀਤੇ ਆ ਜੀ, ਗਰੀਬ ਲੜਕੀਆਂ ਨੂੰ ਮੁਫਤ ਸਿੱਖਿਆ, ਗਰੀਬ ਲੜਕੀਆਂ ਵਾਸਤੇ ਜੇ 5ਵੀਂ ਤੱਕ ਦੀ ਲੜਕੀ ਨੂੰ 5,000 ਰੁਪਈਆ, 8ਵੀਂ ਤੱਕ ਪੜ੍ਹਨ ਵਾਲੀ ਲੜਕੀ ਨੂੰ 8,000 ਰੁਪਈਆ, 10ਵੀਂ ਤੱਕ ਪੜ੍ਹਨ ਵਾਲੀ ਲੜਕੀ ਨੂੰ 10,000 ਰੁਪਈਆ, 12ਵੀਂ ਤੱਕ ਪੜ੍ਹਨ ਵਾਲੀ ਲੜਕੀ ਨੂੰ 15,000 ਰੁਪਈਆ ਦੇਣ ਦਾ ਐਲਾਨ ਵੀ ਉਹਨਾਂ ਨੇ ਉਹਦੇ ਵਿੱਚ ਕੀਤਾ ਘੋਸ਼ਣਾ ਪੱਤਰ ਦੇ ਵਿੱਚ। 2700 ਰੁਪਈਆ ਕਣਕ ਦਾ ਰੇਟ ਹੋਵੇਗਾ ਜੀ, ਕਣਕ ਦਾ ਰੇਟ 2700 ਰੁਪਈਆ ਕਰਾਂਗੇ ਅਸੀਂ ਰਾਜਸਥਾਨ ਦੇ ਵਿੱਚ, ਭਾਜਪਾ ਕਹਿੰਦੀ ਆ। ਅਤੇ ਨਾਲ ਹੀ ਜਿਹੜੇ ਬੰਦਿਆਂ ਦੀ, ਜਿਹੜੇ ਕਿਸਾਨਾਂ ਦੀ ਜ਼ਮੀਨ ਕੁਰਕ ਹੋਈ ਸੀ, ਉਹਨੂੰ ਮੁਆਵਜ਼ਾ ਸਹੀ ਦਿੱਤਾ ਗਿਆ, ਉਹ ਮੁਆਵਜ਼ਾ ਵੀ ਸਹੀ ਦਿੱਤਾ ਜਾਵੇਗਾ। ਅਗਲੀ ਗੱਲ ਨੂੰ ਹੋਰ ਵੀ ਆਖੀ ਆ ਕਿ ਜਿਹੜਾ ਅਸ਼ੋਕ ਗਹਿਲੋਤ ਸਰਕਾਰ ਦੇ ਵਿੱਚ ਜੋ ਘਪਲੇਬਾਜ਼ੀਆਂ ਹੋਈਆਂ ਨੇ, ਜੋ ਪੇਪਰ ਲੀਕ ਮਾਮਲਾ ਹੋਇਆ ਜਾਂ ਹੋਰ ਕੁਝ ਵੀ ਘਪਲੇਬਾਜ਼ੀਆਂ ਹੋਈਆਂ ਨੇ, ਉਹਦੀ ਜਾਂਚ ਕਰਾਵਾਂਗੇ ਅਸੀਂ। ਅਤੇ ਉਹ ਵੀ, ਇਹ ਵੀ ਨਾਲ ਮਨੋਰਥ ਪੱਤਰ ਦੇ ਵਿੱਚ ਲਿਖਿਆ ਗਿਆ ਇਹ ਵੀ ਗੱਲ ਜੀ। ਅਤੇ ਹੋਰ ਵੀ ਕਈ ਸਾਰੇ ਮੁੱਦੇ ਨੇ, ਆਮ ਲੋਕ ਤਕਰੀਬਨ 2.5 ਲੱਖ ਨੌਕਰੀ ਕਹਿ ਰਹੇ ਨੇ, ਉਹ 2.5 ਲੱਖ ਨੌਕਰੀ 5 ਸਾਲਾਂ ਵਿੱਚ ਦੇਵਾਂਗੇ ਅਸੀਂ। ਇੱਕ ਨਾ ਲਾਡੋ ਮਤਲਬ ਕਿ ਕੁੜੀ ਜੋ ਬੱਚੀ ਆ ਨਾ, ਉਹਨਾਂ ਵਾਸਤੇ ਵਿਸ਼ੇਸ਼ ਤੌਰ 'ਤੇ ਕੋਈ ਯੋਜਨਾਵਾਂ ਲਾਉਣੀਆਂ ਹੈਗੀਆਂ ਉਹਨਾਂ ਨੇ। ਜਦੋਂ ਉਹ ਬੱਚੀ ਹੋ ਜਾਏਗੀ ਨਾ ਜੀ 12ਵੀਂ ਕਲਾਸ ਵਿੱਚ, ਤਾਂ ਉਸ ਬੱਚੀ ਦੇ ਨਾਂ 'ਤੇ 1 ਲੱਖ ਰੁਪਏ ਜਮ੍ਹਾਂ ਅਸੀਂ ਕਰਾਵਾਂਗੇ ਜਦੋਂ 12ਵੀਂ ਕਲਾਸ 'ਚ ਹੋਏਗੀ, ਉਦੋਂ ਜਮ੍ਹਾਂ ਕਰਾਵਾਂਗੇ, ਹਾਂ ਜਦੋਂ ਹੋਵੇਗੀ। ਅਤੇ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ, ਬਹੁਤ ਸਾਰੇ ਵਾਅਦੇ ਕੀਤੇ ਆ ਉਹਨਾਂ ਨੇ। ਅਤੇ ਬੇਸ਼ੱਕ ਰਾਹੁਲ ਲਾਡੋ ਪੈਦਾ ਹੋਈ ਅਤੇ ਲਾਡੋ 4 ਸਾਲ ਦੀ ਸਕੂਲ ਜਾਣ ਲੱਗੀ, ਪਹਿਲੀ ਤੋਂ ਬਾਅਦ 4 ਅਤੇ 12 ਅਤੇ 4 16 ਸਾਲਾਂ ਬਾਅਦ, ਹੁਣ 16 ਸਾਲਾਂ ਬਾਅਦ ਕਿਹੜੀ ਪ੍ਰਜਾ ਆਉਂਦੀ ਹੈ, ਕਿਹਨੂੰ ਯਾਦ ਰਹਿਣਾ ਕਿਹਨੂੰ ਨਹੀਂ ਰਹਿਣਾ, 15 ਲੱਖ ਰੁਪਏ ਵਾਲਾ ਜੁਮਲਾ ਹੋ ਗਿਆ। ਹਾਂ ਇਹ ਵੀ ਇੱਕ ਗੱਲ ਹੈਗੀ ਹੈ ਚਾਵਲਾ ਸਾਹਿਬ, ਜੁਮੇ ਵਾਲੀ ਗੱਲ ਹੀ ਆ, ਜਿਵੇਂ ਕਿ ਨੌਕਰੀਆਂ 2.5 ਲੱਖ ਨੌਕਰੀ ਦੇਵਾਂਗੇ ਅਸੀਂ, ਕਿਉਂਕਿ ਮੋਦੀ ਜੀ ਨੇ 2 ਕਰੋੜ ਨੌਕਰੀਆਂ ਪ੍ਰਤੀ ਸਾਲ ਦੇਣ ਦਾ ਐਲਾਨ ਕੀਤਾ ਸੀਗਾ, ਪਰ ਦਿੱਤੀ ਨਹੀਂ ਅਜੇ ਤੱਕ ਕਿਸੇ ਨੂੰ ਨੌਕਰੀ। ਅੱਛਾ ਇਹ ਤਾਂ ਹੋਗੀ ਚੋਣ ਪੱਤਰ ਦੇ ਵਿੱਚ ਪੈਸੇ ਵੰਡਣ ਦੀ ਗੱਲ, ਪਰ ਇੱਕ ਅਖਬਾਰ ਮੈਂ ਪੜ੍ਹ ਰਿਹਾ ਸੀਗਾ, ਇੱਕ ਨਹੀਂ 2-3 ਅਖਬਾਰਾਂ ਦੇ ਵਿੱਚ ਸੀ ਖਬਰ ਛਪੀ ਕਿ ਭਾਜਪਾ ਵੰਡ ਰਹੀ ਹੈ ਛੱਤੀਸਗੜ੍ਹ ਵਿੱਚ ਕੈਸ਼ ਰੁਪਏ। ਇਹ ਕੋਰਬਾ ਜਿਹੜਾ ਹੈ ਦੀਪਾਲੀ ਤਾਨਾਖਾਰ ਹਲਕਾ ਹੈ, ਭਾਜਪਾ ਉਮੀਦਵਾਰ ਪਤਾ ਲੱਗਾ ਕਿ ਰਾਮ ਦਿਆਲ ਈਕੇ ਦੀ ਕਾਰ ਵਿੱਚੋਂ ਲੈਮਨ 11,50,000 ਰੁਪਏ। ਹੁਣ ਇਹ 11,50,000 ਚੋਣਾਂ ਦੇ ਵੇਲੇ ਇੰਨੀ ਰਕਮ ਤੁਹਾਨੂੰ ਪਤਾ ਹੀ ਹੈ ਕਿ ਲੈ ਕੇ ਕੈਰੀ ਕਰਕੇ ਚੱਲਣਾ ਕੀ ਮੈਂ ਖੜੇ ਕਰਦਾ, ਕਿੱਥੋਂ ਆਈ ਰਕਮ, ਕਿੱਥੇ ਚੱਲੀ ਰਕਮ? ਰਾਮ ਦਿਆਲ ਈਕੇ ਪਾਲੀ ਤਾਨਾਖਾਰ, ਪਾਲੀ ਤਾਨਾਖਾਰ ਹਲਕਾ ਜੀ, ਉਹਦਾ ਰਾਮ ਦਿਆਲ ਉਈਕੇ ਉਹਦਾ ਉਮੀਦਵਾਰ ਹੈ ਜੀ, ਅਤੇ ਉਹਦੀ ਪੁਲਿਸ ਨੇ ਤਲਾਸ਼ੀ ਲਈ। ਵੈਸੇ ਨਾ ਇਲੈਕਸ਼ਨ ਕਮਿਸ਼ਨ ਕਾਫੀ ਸਖ਼ਤ ਚੱਲ ਰਿਹਾ, ਉਹ ਕੁਝ ਇਲਾਕੇ ਕੁਝ ਕਾਰਨਾਂ ਕਰਕੇ, ਪਰ ਮੋਦੀ ਜੀ ਬਾਰੇ ਨਹੀਂ, ਮੋਦੀ ਜੀ ਦੇ ਬਾਰੇ ਵਿੱਚ ਕੱਲ੍ਹ ਕਾਂਗਰਸ ਨੇ ਇੱਕ ਪੱਤਰ ਲਿਖਿਆ ਉਹਨੂੰ ਕਿ ਮੋਦੀ ਜੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਕਿ ਮੋਦੀ ਜੀ ਸਾਰੇ ਚੋਣ ਕਮਿਸ਼ਨ ਦੀਆਂ ਮੱਦਾਂ ਨੂੰ ਖਤਮ ਕਰਨ ਲੱਗੇ ਹੋਏ ਨੇ। ਅਤੇ ਇਹ ਚਿੱਠੀ ਲਿਖੀ ਹੈ ਵਿਚਾਰੇ ਚੋਣ ਕਮਿਸ਼ਨ ਮਦਦ ਕੋ ਕਰਨ, ਕਾਰਵਾਈ ਜਾਂ ਨਾ ਕਰਨ ਤਾਂ ਵੱਖਰੀ ਗੱਲ ਆ। ਅਤੇ ਪਰ ਇੱਥੇ ਹੁਣ ਉਈਕੇ ਸਾਹਿਬ ਦੀ ਕਾਰ ਵਿੱਚ ਜਦੋਂ ਚੈੱਕ ਕੀਤੀ ਗਈ ਤਾਂ 11,50,000 ਰੁਪਏ ਮਿਲਿਆ ਉਹਨਾਂ ਨੂੰ। ਕਿਹਾ ਗਿਆ ਕਿ ਜੀ ਤੁਹਾਡਾ 11,50,000 ਰੁਪਏ ਮਿਲਿਆ, ਚਲੋ ਕੋਈ ਗੱਲ ਨਹੀਂ, ਪੈਸੇ ਤੁਹਾਨੂੰ ਹੋ ਸਕਦੇ ਨੇ, ਤੁਸੀਂ ਚੋਣ ਲੜ ਰਹੇ ਹੋ, ਪਰ ਤੁਸੀਂ ਇਹਦੇ ਕਾਗਜ਼ ਦਿਖਾਓ ਸਾਨੂੰ, ਇਹ ਪੈਸੇ ਕਿੱਥੋਂ ਲੈ ਕੇ ਹੋ, ਅਤੇ ਇਹ ਪੈਸੇ ਕਿਸ ਕਾਰਨ ਵਾਸਤੇ ਲੈ ਕੇ ਆਏ ਹੋ, ਇਹ ਪੈਸੇ ਤੁਹਾਡੀ ਕਾਰ 'ਚ ਆਏ ਕਿੱਦਾਂ ਨੇ, ਉਹ ਦਿਖਾਉਣ 'ਚ ਕਾਮਯਾਬ ਨਹੀਂ ਹੋਏ, ਕੋਈ ਵੀ ਕਾਗਜ਼ ਦਿਖਾਉਣ 'ਚ ਕਾਮਯਾਬ ਨਹੀਂ ਹੋਏ। ਇਸ ਕਰਕੇ ਉਹਨਾਂ ਉੱਤੇ ਕਾਰਵਾਈ ਕਰਦੇ ਆ, ਉਹ ਪੈਸੇ ਇਲੈਕਸ਼ਨ ਕਮਿਸ਼ਨ ਨੇ, ਜਿਵੇਂ ਜਿਹਦਾ ਕੋਈ ਤਰੀਕਾ ਹੁੰਦਾ ਜ਼ਬਤ ਕਰਨ ਦਾ,
ਉਹ ਪੈਸੇ ਜ਼ਬਤ ਕਰ ਰਹੇ ਆ। ਜਦੋਂ ਤੱਕ ਉਹ ਦਿਖਾਉਣਗੇ ਨਹੀਂ ਉਹਦਾ ਕਾਰਵਾਈ, ਉਹਦੇ ਉੱਪਰ ਕਾਰਵਾਈ ਪੈਸੇ ਜ਼ਬਤ ਵੀ ਰਹਿ ਸਕਦੇ ਤਬਲਾ ਸਾਹਿਬ। ਉਹ ਇਸ ਕਰਕੇ ਕਾਂਗਰਸ ਕਹਿੰਦੀ ਆ ਕਿ ਜੋ ਭਾਜਪਾ ਹੈਗੀ ਆ ਉਹ ਪੈਸੇ ਵੰਡ ਕੇ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੀ ਆ ਅਤੇ ਉਹ ਵੋਟਰਾਂ ਤੋਂ ਵੋਟਾਂ ਖਰੀਦ ਰਹੀ ਆ। ਜਦਕਿ ਕਹਿੰਦੇ ਵੀ ਵੋਟਰ ਬੇਸ਼ੱਕ ਪੈਸੇ ਲੈ ਵੀ ਲੈਣਗੇ ਪਰ ਉਹ ਹੁਣ ਭਾਜਪਾ ਨੂੰ ਵੋਟ ਨਹੀਂ ਪਾਉਣਗੇ, ਇਹ ਵੀ ਕਾਂਗਰਸ ਗੱਲ ਕਹਿੰਦੀ ਆ ਚਾਵਲਾ ਸਾਹਿਬ। ਉੱਤਰਾਖੰਡ ਦੇ ਬਾਰੇ ਜਿਹੜੀ ਆਪਾਂ ਰੋਜ਼ ਖਬਰ ਸਾਂਝੀ ਕਰਦੇ ਹਾਂ, ਉੱਤਰਕਾਂਸ਼ੀ ਦੇ ਵਿੱਚ ਜਿਹੜੀ ਘਟਨਾ, ਸੁਰੰਗ ਦੇ ਵਿੱਚ ਜਿਹੜੇ ਮਜ਼ਦੂਰ ਫਸੇ ਹੋਏ ਨੇ, ਹਾਲਾਂਕਿ ਪੜ੍ਹ ਰਿਹਾ ਸੀ ਮੈਂ ਸੁਰੰਗ ਕਾਫੀ ਗੱਲ ਵੀ ਸਵੇਰੇ ਵੀ ਕੀਤੀ ਲੰਬੀ ਹੈ ਅਤੇ ਉਹਦੇ ਵਿੱਚ ਆਕਸੀਜਨ ਵੀ ਪਹੁੰਚ ਰਹੀ ਹੈ, ਉਹਨਾਂ ਲਈ ਲੋੜੀਂਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਪਹੁੰਚ ਰਹੀਆਂ ਨੇ ਔਰ ਖਾਣ ਪੀਣ ਦੀਆਂ ਵਸਤੂਆਂ ਵੀ ਪਹੁੰਚ ਰਹੀਆਂ ਨੇ, ਔਰ ਇਸ ਕਰਕੇ ਉਹਨਾਂ ਦਾ ਬਚਾਅ ਹੈ ਕਿਉਂਕਿ ਲੰਬੀ ਹੈ ਉੱਥੇ ਉਹ ਆਪਣਾ ਜੀਵਨ ਬਸਰ ਕਰ ਰਹੇ ਨੇ ਮਜ਼ਬੂਰੀ ਬਸ 40 ਮਜ਼ਦੂਰ ਜਿਹੜੇ ਨੇ। ਬਾਹਰੋਂ ਕਹਿੰਦੇ ਅਮਰੀਕਾ ਦੀ ਇੱਕ ਮਸ਼ੀਨ ਲਿਆਂਦੀ ਹੈ ਜਿਹੜੀ ਉਹਨਾਂ ਦੀ ਮਦਦ ਕਰ ਰਹੀ ਹੈ, ਉਹਨੂੰ ਮੰਗਾਇਆ ਗਿਆ, ਪਰ ਭਾਰਤੀ ਕੇਂਦਰੀ ਮੰਤਰੀ ਦਾ ਜਿਹੜਾ ਬਿਆਨ ਹੈ ਕਿ 3 ਦਿਨ ਅਜੇ ਹੋਰ ਲੱਗ ਸਕਦੇ ਨੇ, ਚਲੋ 3-4 ਲੱਗ ਜਾਣ ਪਰ ਜਿੰਦਾ 40 ਜਿਹੜੇ ਨੇ ਪਰਿਵਾਰਾਂ ਦੇ ਵਿੱਚ ਆਉਣ, ਉਦਣ ਮੇਰੇ ਖਿਆਲ 'ਚ ਉਹਨਾਂ ਵਾਸਤੇ ਇਹ ਇੱਕ ਨਵੀਂ ਦੀਵਾਲੀ ਹੋਵੇਗੀ। ਹਾਂਜੀ ਹਾਂਜੀ ਬਿਲਕੁਲ ਚਾਵਲਾ ਸਾਹਿਬ, ਕੇਂਦਰੀ ਮੰਤਰੀ ਦਾ ਬਿਆਨ ਜਿਹੜਾ ਆਉਣਾ ਨਾ ਜੀ, ਤੇ ਉਹ ਉਹ ਇੱਕ ਕਿਉਂਕਿ ਅਚਾਨਕ ਇਹ ਨਹੀਂ ਹੋ ਗਿਆ ਮਤਲਬ ਕਿ ਵੀ ਆਪਾਂ ਜੇ ਕਹਿੰਦੇ ਇਹ ਤਾਂ ਅਚਾਨਕ ਹੀ ਹੋਇਆ ਕਰ ਕਿ ਬਿਆਨ ਅਚਾਨਕ ਨਹੀਂ ਆ ਗਿਆ, ਬਿਆਨ ਨੂੰ ਕਾਫੀ ਦਿਨ ਲੱਗ 4 ਦਿਨ ਲੱਗ ਗਏ ਬਿਆਨ ਦੇਣ ਨੂੰ ਕੇਂਦਰੀ ਮੰਤਰੀ ਸਾਹਿਬ ਨੂੰ। ਤੇ ਜਨਾਬ ਵੀ ਕੇ ਸਿੰਘ ਮੰਤਰੀ ਸਾਹਿਬ ਨੇ ਉਹਨਾਂ ਦਾ ਬਿਆਨ ਆਇਆ ਜੀ, ਕਹਿੰਦੇ ਵੀ 3-4 ਦਿਨ ਅਜੇ ਹੋਰ ਲੱਗਣਗੇ, ਸ਼ਾਇਦ ਉੱਥੇ ਗਏ ਸੀਗੇ ਉਹ। ਤੇ ਚਾਵਲਾ ਸਾਹਿਬ ਅਸਲ ਵਿੱਚ ਨਾ ਇੱਕ ਅੰਦਰੋਂ ਨਾ ਇੱਕ ਆਵਾਜ਼ ਆਈ ਕਿਸੇ ਦੀ, ਉਹ ਆਪਣੀ ਭਾਸ਼ਾ ਵਿੱਚ ਉਹਨੇ ਕਿਹਾ ਜਿਹੜੀ ਉੱਥੇ NDRF ਹੈਗੀ ਆ ਜਾਂ BRO ਹੈਗੀ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਦੀ ਭਾਸ਼ਾ ਵਿੱਚ ਵੀ ਕਹਿ ਦਿਓ ਮੇਰੇ ਮਾਂ ਤੇ ਬਾਪ ਨੂੰ ਮੈਂ ਅਜੇ ਜਿਉਂਦਾ, ਮੈਂ ਜਿਉਂਦਾ ਅਜੇ ਬੈਠ, ਮੇਰੇ ਮਾਂ ਬਾਪ ਕਹਿ ਦਿਓ। ਇਹ ਗੱਲ ਉਹਨਾਂ ਨੇ ਅੰਦਰੋਂ ਆਵਾਜ਼ ਆਈ, ਜਿਸ ਤੋਂ ਇਹ ਹਿਸਾਬ ਕਿਤਾਬ ਲਾਇਆ ਜਾ ਰਿਹਾ ਕਿ ਅੰਦਰਲੇ ਜਿਹੜੇ ਬੰਦੇ ਹੈਗੇ ਨੇ, ਵੇਖੋ ਜਿਹੜੇ ਬੰਦੇ ਅੰਦਰ ਫਸੇ ਨੇ ਭਾਵੇਂ ਉਹਨਾਂ ਨੂੰ ਰਾਸ਼ਨ ਪਹੁੰਚ ਰਿਹਾ, ਆਕਸੀਜਨ ਪਹੁੰਚ ਰਹੀ ਹੈ, ਉਹਨਾਂ ਨਾਲ ਵਾਕੀ ਟਾਕੀ ਸਾਈਡ 'ਤੇ ਗੱਲ ਹੋ ਰਹੀ ਹੈ, ਉਹਨਾਂ ਨੂੰ ਰੋਸ਼ਨੀ ਵੀ ਪਹੁੰਚਾਈ ਜਾ ਰਹੀ ਹੋਵੇਗੀ, ਪਰ ਸੂਰਜ ਦੀ ਕਿਰਨ ਤਾਂ ਜਿਹੜੀ ਕੁਦਰਤੀ ਹੁੰਦੀ ਹੈ ਤੁਹਾਨੂੰ ਪਤਾ ਕੁਦਰਤੀ, ਪਰ ਉਹ ਕਿਵੇਂ ਰਾਤ ਨੂੰ ਸੌਂਦੇ ਹੋਣਗੇ, ਕੀ ਸੋਚਦੇ ਹੋਣਗੇ, ਮਾਨਸਿਕ ਸਥਿਤੀ ਕੀ ਹੋਵੇਗੀ, ਕਿਤੇ ਆਪਣੇ ਆਪ ਨੂੰ ਕਿਤੇ ਉੱਥੇ ਪਾ ਕੇ ਤਾਂ ਵੇਖੀਏ, ਅਸੀਂ ਤਾਂ ਇੱਥੇ ਟ੍ਰੈਫਿਕ ਦੇ ਵਿੱਚ ਫਸੇ ਹੋਈਏ ਤਾਂ ਸਾਡਾ ਬੁਰਾ ਹਾਲ ਹੋ ਜਾਂਦਾ, ਕਿਉਂ ਅੰਜੂ ਜੀ ਟ੍ਰੈਫਿਕ ਦੇ ਵਿੱਚ ਫਸੇ ਹੋਈਏ ਨਾ ਤਾਂ ਫਿਰ ਸਾਡਾ ਬੁਰਾ ਹਾਲ ਹੁੰਦਾ, ਕਿਤੇ ਸਾਡੇ ਟ੍ਰੈਫਿਕ ਦੇ ਵਿੱਚ ਫਸਿਆ, ਕਿਤੇ ਮਾੜਾ ਮੋਟਾ ਕਿਤੇ ਕਣੀਆਂ ਪੈ ਜਾਣ, ਸਨੋਹ ਪੈ ਜਾਏ ਤੇ ਅਸੀਂ ਕਹਿੰਦੇ ਹਾਂ ਬੋੜੀ ਰੱਬਾ ਕਿਹੜੇ ਵੇਲੇ ਘਰ ਪਹੁੰਚਾਂਗੇ। ਉਹ ਅੱਜ 121-122 ਘੰਟੇ ਹੋ ਗਏ ਨੇ ਤੇ ਬਾਹਰ ਪਰਿਵਾਰ ਦੇ ਨਿੱਕੇ ਨਿੱਕੇ ਉਹਨਾਂ ਦੇ ਬੱਚੇ ਵੀ ਹੋਣਗੇ, ਪਰਿਵਾਰ ਹੈ, ਪਤਨੀ ਹੈ, ਮਾਂ ਬਾਪ ਹੈ, ਯਾਰ ਦੋਸਤ ਵੀ ਹੋਣਗੇ ਤੇ ਅੰਦਰ ਜਿਹੜੇ ਬੈਠੇ ਨੇ 40 ਮਤਲਬ ਜ਼ਿੰਦਗੀਆਂ ਨੇ ਉਹ, ਭਾਵਾਂ ਕਿ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ, ਮੈਂ ਗੱਲ ਉਹਨਾਂ ਦੀ ਮਾਨਸਿਕਤਾ ਦੀ ਕਰ ਰਿਹਾ, ਉਹਨਾਂ ਦੇ ਦਿਮਾਗ ਦੇ ਉੱਤੇ ਜਿਹੜਾ ਹੈ ਕਿਵੇਂ ਸੌਂਦੇ ਹੋਣਗੇ ਉਹ। ਵੇਖੋ ਜਦੋਂ ਖਾਂਦੇ ਪੀਂਦੇ ਵੀ ਨੇ, ਰਾਸ਼ਨ ਪਹੁੰਚ ਰਿਹਾ ਤੇ ਫਿਰ ਉਹਨਾਂ ਨੇ ਜਾਣਾ ਵੀ ਆ, ਆਪਣੀਆਂ ਕਿਰਿਆ ਵੀ ਹੁੰਦੀਆਂ ਨੇ। ਹਾਂਜੀ ਬਿਲਕੁਲ ਬੜਾ ਔਖਾ, ਬਹੁਤ ਔਖਾ, ਮੈਂ ਕਹਿੰਦਾ ਮਤਲਬ ਉਹਨਾਂ ਵਾਸਤੇ ਤਾਂ ਉਦਣ ਜਸ਼ਨ ਮਨਾਇਆ ਜਾਣਾ ਚਾਹੀਦਾ, 40-40 ਜਿਹੜੇ ਨੇ ਬਚ ਕੇ ਆਉਂਦੇ ਨੇ। ਚਲੋ ਖੈਰ 905-813-1313 ਭਾਰਤ ਦੁਨੀਆ ਦੀ 5ਵੀਂ ਵੱਡੀ ਅਰਥ ਵਿਵਸਥਾ ਹੈ, ਕੋਈ ਦੋ ਰਾਵਾ ਨਹੀਂ, ਲੋਕ ਦੁਨੀਆ ਭਾਰਤ ਦਾ ਲੋਹਾ ਮੰਨਦੀ ਹੈ, ਮੰਡੀ ਬੜੀ ਵੱਡੀ ਹੈ, ਬਹੁਤ ਵੱਡੀ ਮੰਡੀ ਹੈ, ਵੱਡੀ 5ਵੀਂ ਅਰਥ ਵਿਵਸਥਾ ਹੈ, ਤੇ ਇਹਨਾਂ ਨੂੰ ਮਾੜਾ ਜਿਹੀ ਠੋਕਰ ਲੱਗਦੀ ਸਾਡੇ ਦੇਸ਼ ਦੇ ਨੇਤਾਵਾਂ ਨੂੰ ਤੇ ਗੋਡਿਆਂ ਦਾ ਆਪਰੇਸ਼ਨ ਤਾਂ ਅਮਰੀਕਾ ਕਰਦਾ ਇਹਨਾਂ ਦਾ, ਇਹਨਾਂ 'ਚ ਕਿਸੇ ਵੱਡੇ ਲੀਡਰ ਨੂੰ ਬੁਖਾਰ ਚੜ੍ਹ ਜਾਏ ਤੇ ਸਿੱਧਾ ਹੀ ਹਵਾਈ ਜਹਾਜ਼ ਅਮਰੀਕਾ ਪਹੁੰਚਦਾ। ਇਹੋ ਜਿਹਾ ਤਾਂ ਹੋਸਪਿਟਲ ਨਹੀਂ ਇਹਨਾਂ ਕੋਲ ਹੈਗਾ ਵੀ ਅਸੀਂ ਉੱਥੋਂ ਦੇ ਡਾਕਟਰਾਂ ਨੂੰ ਇੱਥੇ ਹੀ ਸੱਦ ਲਈਏ, ਅਸੀਂ ਕਾਹਲੀ ਦੇਸ਼ ਦੀ ਜਨਤਾ ਦਾ ਪੈਸਾ ਖਰਾਬ ਕਰਦੇ ਹਾਂ। ਕਿਸੇ ਸੂਬੇ ਦੇ CM ਸਾਡੇ ਬਾਦਲ ਸਾਹਿਬ ਦੇ ਗੋਡੇ ਵੀ ਇੱਥੇ ਹੀ ਹੋਈ ਸੀ, ਤੁਹਾਨੂੰ ਯਾਦ? ਮਾੜਾ ਜਿਹਾ ਕੰਨਾ ਚੁੱਭ ਜਾਂਦਾ ਤੇ ਅਮਰੀਕਾ। ਕੁਝ ਜਗ੍ਹਾ ਇਹੋ ਜਿਹੀਆਂ ਵੀ ਨੇ ਜਿੱਥੇ ਅਜੇ ਤੱਕ ਜੇ ਆਪਾਂ ਸਟੋਰੀ ਨੂੰ ਪੂਰੀ ਪੜ੍ਹਦੇ ਹਾਂ, ਕੁਝ ਇਲਾਕੇ ਇਹੋ ਜਿਹੇ ਨੇ ਜਿੱਥੇ ਨਾ ਤਾਂ ਪੂਰਾ ਬਿਜਲੀ ਪਾਣੀ ਹੈ, ਨਾ ਪੂਰੀ ਸਪਲਾਈ, ਈਵਨ ਦੋ
ਭਾਰਤ ਦੀ ਰਾਸ਼ਟਰਪਤੀ ਮੁਰਮੁਰੂ ਦਾ ਜਿਹੜਾ ਇਲਾਕਾ ਸੀ ਆਪਾਂ ਉਦੋਂ ਖਬਰ ਪੜੀ ਸੀ ਕਿ ਉੱਥੇ ਲਾਈਟ ਨਹੀਂ ਸੀ ਹੈਗੀ ਅਜੇ ਤੱਕ। ਕੀ ਕਹਿਣਾ ਚਾਹੋਗੇ ਰਿਪੋਰਟ ਜਿਹੜੀ ਛਪੀ ਹੈ? ਹੁਣ ਜਾਣੀ ਚਾਹੀਦੀ ਚੌਲਾ ਸਾਹਿਬ, ਹੁਣ ਤਾਂ ਲਾਈਟ ਜਾ ਜਾਣੀ ਚਾਹੀਦੀ ਹੈ ਕਿਉਂਕਿ ਦ੍ਰੋਪਦੀ ਮੁਰਮੂ ਦਾ ਹਲਕਾ ਜੀ ਇਲਾਕਾ ਹੈਗਾ ਉਹ। ਅਸਲ ਚ ਨਾ ਜੀ ਇੱਕ ਰਿਪੋਰਟ ਆਈ ਹੈ ਜੀ ਕਿ ਇਹ ਰਿਪੋਰਟ ਬੜਾ ਦਰਦ ਬਿਆਨ ਕਰ ਰਹੀ ਆ। ਉੱਤਰ ਪ੍ਰਦੇਸ਼ ਯੂਪੀ ਆ, ਜੋਗੀ ਜੀ ਦਾ ਇਲਾਕਾ ਹੈਗਾ, ਉੱਧਰ ਉੱਤਰਾਖੰਡ ਹੈ ਜੀ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਇਲਾਕੇ ਸੀਮਾ ਤੇ ਆ ਜੀ ਇੱਕ ਇਲਾਕਾ ਹੈਗਾ ਜੀ ਕੋਟਦਵਾਰ। ਕੋਟਦਵਾਰ ਦੇ ਵਿੱਚ ਨਾ ਜੀ ਕਾਫੀ ਵੱਡਾ ਇਲਾਕਾ ਉਹ, ਉੱਥੇ ਮੁਸਲਮਾਨ ਤੇ ਗੁੱਜਰ ਰਹਿੰਦੇ ਆ ਉਸ ਇਲਾਕੇ ਵਿੱਚ, ਜਿਹੜੀ ਪੰਜਵੀਂ ਅਰਥ ਵਿਵਸਥਾ ਸਾਡੀ ਬਣ ਰਹੀ ਆ ਭਾਰਤ ਉਹਦੀ ਗੱਲ ਕਰ ਰਹੇ ਹਾਂ ਆਪਾਂ। ਤੇ ਉੱਥੇ ਨਾ ਜੀ ਨਾ ਤਾਂ ਪਾਣੀ ਆ ਚਾਵਲਾ ਸਾਹਿਬ, ਨਾ ਬਿਜਲੀ ਹੈ, ਨਾ ਕੋਈ ਬੁਨਿਆਦੀ ਸੁਵਿਧਾ ਹੈਗੀ ਆ। ਸਕੂਲ ਬਾਰੇ ਤਾਂ ਸੋਚੋ ਹੀ ਨਾ, ਸਕੂਲ ਤਾਂ ਉੱਥੇ ਹੈ ਹੀ ਨੀਗਾ ਉਸ ਇਲਾਕੇ ਦੇ ਵਿੱਚ। ਤੇ ਹੁਣ ਉੱਥੇ ਔਰਤ ਜਿਹੜੀ ਹੈਗੀ ਆ ਨਾ ਜੀ ਉਹਦੀ ਜ਼ਿਆਦਾ ਖਤਰਨਾਕ ਕਹਾਣੀ ਆ। ਉੱਥੇ ਕਈ ਸਾਰੀਆਂ ਔਰਤਾਂ ਬਾਰੇ ਰਿਪੋਰਟ 'ਚ ਉਹਨਾਂ ਦੇ ਬਿਆਨ ਛਾਪੇ ਆ। ਉਹ ਔਰਤਾਂ ਕਹਿੰਦੀਆਂ ਨੇ ਵੀ ਸਾਡੇ ਘਰੇ ਕੁੜੀ ਨਾ ਜੰਮੇ। ਇੱਕ ਗਰਭਵਤੀ ਔਰਤ ਹੈ, ਉਹ ਤਕਰੀਬਨ 5-6 ਕਿਲੋਮੀਟਰ ਦੂਰ ਜਾਂਦੀ ਆ ਪਾਣੀ ਲੈ ਕੇ ਆਉਂਦੀ ਆ ਆਪਣੇ ਪਰਿਵਾਰ ਵਾਸਤੇ। ਉਹ ਸੋਚਦੀ ਆ, ਉਹਨੂੰ ਖੁਸ਼ੀ ਇਸ ਗੱਲ ਦੀ ਮੇਰੇ ਪੇਟ 'ਚ ਬੱਚਾ ਪੜ ਰਿਹਾ ਅਤੇ ਮੈਂ ਮਾਂ ਬਣਾਂਗੀ ਬੱਚੇ ਦੀ, ਪਰ ਮੇਰੇ ਘਰੇ ਕੁੜੀ ਨਾ ਜੰਮੇ। ਕਿਉਂਕਿ ਕੁੜੀਆਂ ਦਾ ਹਾਲ ਬਹੁਤ ਮਾੜਾ ਸਾਡੇ ਇਲਾਕੇ ਦੇ ਵਿੱਚ, ਕਿ ਕੁੜੀਆਂ ਨੂੰ ਪਾਣੀ ਲਿਆਉਣਾ ਪੈਂਦਾ ਅਤੇ ਕੁੜੀਆਂ ਨੂੰ ਕੋਈ ਸੁਵਿਧਾ ਵੀ ਨਹੀਂ ਹੈਗੀ। ਬੰਦੇ ਦਾ ਮੁੰਡੇ ਜਾ ਜੂ ਆਉਂਦੇ ਆ ਉੱਧਰਲੇ ਪਾਸੇ, ਕਹਿੰਦੀ 5 ਕਿਲੋਮੀਟਰ ਦੂਰ ਜਾਂਦੀ ਆ ਪਾਣੀ ਲੈਣ ਵਾਸਤੇ, ਉਹਨੂੰ ਡਰ ਲੱਗਦਾ ਕਿ ਪੈਰ ਨਾ ਤਿਲਕ ਜਾਵੇ ਅਤੇ ਮੇਰਾ ਬੱਚਾ ਕਿਤੇ ਨੁਕਸਾਨ ਨਾ ਹੋ ਜਾਵੇ, ਉਹ ਡਰਦੀ ਆ। ਅਤੇ ਇਸੇ ਤਰ੍ਹਾਂ ਕਹਿ ਜੇਕਰ ਕੋਈ ਧੀ ਭੈਣ ਹੈਗੀ ਆ ਅਤੇ ਉਹਨੂੰ ਸਕੂਲ ਸਕਾਲ ਦਾ ਜੇ ਚੱਲ ਜਾਂਦੇ ਆ, ਦੂਰ ਸਕੂਲ ਹੈ ਜੇ ਜਾਂਦੇ ਮਾੜੇ ਮੋਟੇ ਜਾਂਦੇ ਆ ਕੋਈ ਪੜ੍ਹਨ ਵਾਸਤੇ, ਪਰ ਉਸ ਇਲਾਕੇ ਵਿੱਚ ਉਹਨਾਂ ਨੂੰ ਅੰਧੇਰੇ ਵਿੱਚ ਹੀ ਟਾਈਮ ਗੁਜ਼ਾਰਨਾ ਪੈਂਦਾ ਇਸ ਇਲਾਕੇ ਵਿੱਚ। ਕਿਉਂ ਨਹੀਂ ਗਈ ਅਜੇ ਤੱਕ ਬਿਜਲੀ ਪਾਣੀ? ਕਿਉਂ ਨਹੀਂ? ਮੁਸਲਮਾਨ ਦਾ ਇਲਾਕਾ, ਗੁੱਜਰਾਂ ਦਾ ਇਲਾਕਾ, ਇਸ ਕਰਕੇ ਨਹੀਂ ਗਈ। ਵੈਸੇ ਬਿਜਲੀ ਪਾਣੀ ਉੱਥੇ ਪਹੁੰਚ ਜਾਣਾ ਚਾਹੀਦਾ ਚਾਵਲਾ ਸਾਹਿਬ, ਨਾ ਉੱਥੇ ਨਲਕਾ ਹੈਗਾ, ਕੋਈ ਨਲਕਾ ਲੱਗ ਸਕਦਾ ਕਹਿੰਦੇ, ਪਰ ਨਾ ਨਲਕਾ ਕੋਈ, ਨਾ ਸਰਕਾਰ ਦੀ ਕੋਈ ਸਹੂਲਤਾਂ, ਨਾ ਕੋਈ ਰਾਸ਼ਨ ਮਿਲਦਾ ਉਹਨਾਂ ਨੂੰ ਉੱਥੇ। ਕਿਉਂ ਆ ਇਹ ਭਾਰਤ ਤੋਂ ਵੱਖਰਾ ਇਲਾਕਾ ਜਾਂ ਕਿਉਂ ਬਣ ਗਿਆ ਚਾਵਲਾ ਸਾਹਿਬ? ਜਦਕਿ ਇਸ ਦਾ ਕਹਿੰਦਾ ਸਾਡੇ ਭਾਰਤ, ਸਾਰਾ ਭਾਰਤ ਸਾਡਾ ਆਪਣਾ ਹੈਗਾ, ਸਾਰੇ ਭਾਰਤ ਦੇ ਵਿੱਚ ਅਸੀਂ ਇੱਕ ਸਾਰ ਜਿਉਂਦੇ ਹਾਂ, ਪਰ ਕੁਝ ਇਲਾਕੇ ਭਾਰਤ ਦੇ ਇਹੋ ਜਿਹੇ ਵੀ ਹੈਗੇ ਨੇ ਜਿੱਥੇ ਅਜੇ ਤੱਕ ਵੀ ਲੋਕ ਘੁੱਗ ਵੱਸਦੇ ਆ, ਅਜੇ ਤੱਕ ਵੀ ਉੱਥੇ ਲੋਕਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲੀਆਂ। ਇਹ ਰਿਪੋਰਟ ਜਿਹੜੀ ਹੈਗੀ ਆ ਇਹ ਸਪਸ਼ਟ ਕਰਦੇ ਚਾਵਲਾ ਸਾਹਿਬ। ਅੱਜ ਮੱਧ ਪ੍ਰਦੇਸ਼ ਦੀਆਂ 230 ਅਤੇ ਛੱਤੀਸਗੜ੍ਹ ਦੀਆਂ 70 ਸੀਟਾਂ 'ਤੇ ਚੋਣਾਂ ਨੇ, ਔਰ ਭਾਜਪਾ ਤਾਂ ਵੈਸੇ ਇਹ ਕਲੇਮ ਕਰ ਚੁੱਕੀ ਹੈ ਕਿ 5 ਚੋਂ 3 ਤਾਂ ਜਿੱਤਾਂਗੇ, ਤਾਂ ਮਤਲਬ 2 ਪਹਿਲਾਂ ਹੀ ਮੰਨ ਚੁੱਕੇ ਨੇ ਕਿ ਸਾਡੀ ਸ਼ਾਇਦ ਦਾਲ ਨਹੀਂ ਇੱਥੇ ਗਲਣੀ। ਤੁਹਾਨੂੰ ਕੀ ਲੱਗਦਾ ਕਿ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਵਿੱਚ ਜਿਹੜਾ ਕੀ ਸੰਭਾਵਨਾਵਾਂ ਨੇ, ਕੀ ਕਹਿਣਾ ਚਾਹੋਗੇ? ਸੰਭਾਵਨਾਵਾਂ ਚਾਵਲਾ ਸਾਹਿਬ, ਵੈਸੇ ਜਿਹੜੀਆਂ ਜਿਹੜੇ ਨਾ ਆਪਾਂ ਜੋ ਅਖਬਾਰ ਹੁਣ ਤੱਕ ਜੋ ਨਕਸ਼ੇ ਦਿਖਾ ਰਹੇ ਨਾ ਜੀ, ਨਕਸ਼ਿਆਂ ਮੁਤਾਬਕ ਮੱਧ ਪ੍ਰਦੇਸ਼ ਦਾ ਜਿਹੜਾ ਕਿ ਅਜੇ ਵੀ ਭਾਜਪਾ ਦਾ ਉੱਥੇ ਪਰਚਮ ਲਹਿਰਾਉਂਦਾ ਨਜ਼ਰ ਆ ਰਿਹਾ, ਦੁਬਾਰੇ ਫਿਰ ਭਾਜਪਾ ਦੀ ਸਰਕਾਰ ਬਣਨ ਦੀ ਸੰਭਾਵਨਾ ਮੱਧ ਪ੍ਰਦੇਸ਼ 'ਚ ਬਣ ਰਹੀ ਆ। ਛੱਤੀਸਗੜ੍ਹ ਦੇ ਵਿੱਚ ਕਾਂਗਰਸ ਦਾ ਲੱਗ ਰਿਹਾ ਵੀ ਕਾਂਗਰਸ ਉੱਥੇ ਸਰਕਾਰ ਬਣਾ ਜਾਏਗੀ, ਦੋਵੇਂ ਸੂਬਿਆਂ ਦੇ ਵਿੱਚ ਅਜੇ ਤੱਕ ਇੱਦਾਂ ਲੱਗ ਰਿਹਾ। ਬਾਕੀ ਜੋ ਜਿੱਕ ਆਪਾਂ ਤਾਂ ਰਿਪੋਰਟਾਂ ਅਨੁਸਾਰ ਗੱਲ ਕਰਦੇ ਹਾਂ, ਰਾਜਸਥਾਨ ਦੀਆਂ ਜਿਹੜੀਆਂ ਕਿ ਗਤੀਵਿਧੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਵੀ ਅਜੇ ਤੱਕ ਲੱਗ ਰਿਹਾ ਵੀ ਕਾਂਗਰਸ ਸਰਕਾਰ ਉੱਥੇ ਬਣਾ ਜਾਏਗੀ। ਤੇਲੰਗਾਨਾ ਅਤੇ ਮਿਜ਼ੋਰਮ ਦੇ ਬਾਰੇ 'ਚ ਅਜੇ ਸਪਸ਼ਟ ਨਹੀਂ ਹੋ ਸਕਿਆ ਉੱਥੇ ਕੌਣ ਕਿਹੜੇ ਪਾਸੇ ਜਾਏਗਾ। ਅਤੇ ਪਰ ਅੱਜ ਚੋਣਾਂ ਦੇਖੋ ਮੱਧ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਨਾ ਜੀ ਜਿੱਤਣ ਵਾਸਤੇ ਭਾਜਪਾ ਨੇ ਬਹੁਤ ਜ਼ੋਰ ਲਾਇਆ, ਅੱਡੀ ਚੋਟੀ ਦਾ ਜ਼ੋਰ ਲੋਕਾਂ ਨੂੰ, ਬਲਕਿ ਮੋਦੀ ਜੀ ਨੇ ਨਾ ਜਿੱਦਾਂ ਆਪ ਖੁਦ ਚੋਣ ਲੜ ਰਹੇ ਨੇ, ਉਹ MLA ਦੀ ਚੋਣ ਲੜ ਰਹੇ ਨੇ, ਇੱਦਾਂ ਦਾ ਪ੍ਰਚਾਰ ਕੀਤਾ, ਭਾਜਪਾ ਦਾ ਬੁਲਾਰੇ ਬਣ ਕੇ ਪ੍ਰਚਾਰ ਕੀਤਾ ਉਹਨਾਂ ਨੇ, ਅੰਨੇ ਹੋ ਕੇ ਪ੍ਰਚਾਰ ਕੀਤਾ, ਤੇ ਮੋਦੀ ਦੇ ਨਾਂ ਤੇ ਵੋਟ ਮੰਗੀ ਗਈ ਹੈ ਮੋਦੀ ਦੇ ਨਾਂ ਦੇ ਉੱਪਰ। ਬਲਕਿ ਇਹ ਨਹੀਂ ਕੋਈ ਭਾਰਤ ਦਾ ਵਿਕਾਸ ਕੀਤਾ, ਭਾਰਤ ਦੇ ਵਿਕਾਸ ਦੀ ਨਹੀਂ, ਇੱਕ ਮੋਦੀ ਦਾ ਨਾਂ, ਇੱਕ ਸ਼੍ਰੀ ਰਾਮ ਦਾ ਨਾਂ, ਇੱਕ ਸ਼੍ਰੀ ਕ੍ਰਿਸ਼ਨ ਦਾ ਨਾਮ ਹੈਗਾ, ਇਹ ਤਿੰਨ ਨਾਂ ਉੱਥੇ ਬਹੁਤ ਜ਼ਿਆਦਾ ਪ੍ਰਚਾਰੇ ਗਏ ਨੇ ਇਹਨਾਂ ਚੋਣਾਂ ਦੇ ਵਿੱਚ। ਛੱਤੀਸਗੜ੍ਹ ਦੇ ਵਿੱਚ ਵੀ, ਛੱਤੀਸਗੜ੍ਹ ਦਾ ਇਹ ਕਿਹਾ ਗਿਆ ਜੀ ਤੁਹਾਡਾ ਨਾਨਕੇ ਨੇ ਜੀ ਸ਼੍ਰੀ ਰਾਮ ਦੇ, ਛੱਤੀਸਗੜ੍ਹ ਨਨਿਹਾਲ ਹੈਗਾ ਸ਼੍ਰੀ ਰਾਮ ਦਾ, ਕਹਿੰਦਾ ਸਾਨੂੰ ਖੁਸ਼ੀ ਹੋਏਗੀ ਨਨਿਹਾਲ ਤੋਂ ਪਰਚਮ ਲਹਿਰਾ ਜਾਏ ਭਾਜਪਾ ਦਾ, ਸਾਨੂੰ ਬੜੀ ਖੁਸ਼ੀ ਹੋਏਗੀ, ਨਨਿਹਾਲ ਦੀ ਗੱਲ ਕਰਦੇ ਨੇ ਜੀ ਉਹ। ਅਤੇ ਜਦਕਿ ਨਨਿਹਾਲ ਤਾਂ ਜੋ ਗ੍ਰੰਥਾਂ ਵਿੱਚ ਲਿਖਿਆ ਹੋਇਆ ਜੀ ਉਹ ਸਾਡੇ ਪਟਿਆਲੇ ਜ਼ਿਲ੍ਹੇ ਵਿੱਚ ਪੈਂਦਾ ਪਿੰਡ ਘੁਰਾਮ ਰਾਮ ਦਾ ਘਰ, ਉਹਦੇ ਨਾਲ ਹੀ ਪਿੰਡ ਅੰਧਲਾ ਅੰਧਲੀ ਵੀ ਹੈਗਾ, ਅੰਧਲਾ ਅੰਧਲੀ ਉਹ ਆ ਜਿੱਥੇ ਕਿ ਸਰਬਣ ਦੇ ਤੀਰ ਮਹਾਰਾਜ ਦੀ ਦਸਰਤ ਨੇ, ਪਿੰਡ ਦਾ ਨਾਂ ਹੀ ਅੰਧਲਾ ਅੰਧਲੀ ਆ, ਉੱਥੇ ਸਾਡੇ ਕੋਲੇ ਪੈਂਦਾ ਜੀ। ਤੇ ਉਹਦੀਆਂ ਰਿਪੋਰਟਾਂ ਵੀ ਛਪ ਚੁੱਕੀਆਂ ਨੇ, ਜਦਕਿ ਗ੍ਰੰਥਾਂ 'ਚ ਇਹ ਗੱਲ ਲਿਖੀ ਹੋਈ ਆ, ਪਰ
ਭਾਜਪਾ ਵਾਲਿਆਂ ਨੇ ਨਿਹਾ ਬਣਾਤਾ ਛੱਤੀਸਗੜ੍ਹ ਤੇ ਉਹ ਕਹਿੰਦੇ ਜਾਵਾਂਗੇ ਭਾਜਪਾ ਜਾਵੇਗੀ ਲੈ ਕੇ ਤੁਹਾਡੀ ਹੁਣ ਉੱਥੇ ਅਯੁੱਧਿਆ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਉੱਥੇ ਇਹਦਾ ਵੋਟ ਇਹਨਾਂ ਤਰੀਕੇ ਵੋਟਾਂ ਮੰਗੀਆਂ ਵਿਕਾਸ ਦੇ ਨਾਂ ਦੇ ਵੋਟ ਨਹੀਂ ਮੰਗੇਗੀ ਚਾਵਲਾ ਸਾਹਿਬ ਭਾਜਪਾ ਵੱਲੋਂ ਜੇ ਰਾਮ ਤੀਰਥ ਤੇ ਤੁਹਾਡੇ ਜਿਹੜਾ ਨਿਹਾਲ ਹੈ ਇਹਦਾ ਕਿਲੋਮੀਟਰ ਕੱਢਿਆ ਜਾਵੇ ਤਾਂ ਥੋੜੇ ਬਣਦੇ ਨੇ ਵੈਸੇ ਵੇਖਿਆ ਜਾਵੇ ਭਗਵਾਨ ਰਾਮ ਨੇ ਜਦੋਂ ਜਿੱਤ ਦਾ ਘੋੜਾ ਛੱਡਿਆ ਲਵ ਕੁਸ਼ ਨੇ ਰਾਮ ਤੀਰਥ ਤੇ ਰੋਕਿਆ ਤੇ ਜਿਹੜੇ ਤੁਸੀਂ ਦੱਸ ਰਹੇ ਹੋ ਉਹਦਾ ਕਿਲੋਮੀਟਰ ਹਾਂਜੀ ਬਹੁਤ ਥੋੜੇ ਬਣਦੇ ਜੇ ਆਪਾਂ ਜਾਣੇ ਛੱਤੀਸਗੜ੍ਹ ਪਤਾ ਬਹੁਤ ਦੂਰ ਬਣਦਾ ਜੀ ਉਹ ਰਾਮ ਰਾਮ ਤੀਰਥ ਜੇਤੂ ਜੇਤੂ ਜਿਹੜਾ ਛੱਡਿਆ ਸੀ ਤੇ ਉਹ ਇੱਥੇ ਰਾਮ ਤੀਰਥ ਘਿਰਿਆ ਖੈਰ ਐਨੀਵੇ ਸਟੋਰੀ ਲੰਬੀ ਆ ਜੀ ਸਮਝਣ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਿਸਟਰੀ ਦੇ ਵਿੱਚ ਕੀ ਹੈ 9058131320 ਕੋਈ ਵੀ ਗੱਲ ਕਰਨੀ ਹੋਵੇ ਟੋਰਾਂ ਦੇ ਦਰਮਿਆਨ 8 to 12 ਸਵੇਰੇ 9 to 11 ਦਰਮਿਆਨ ਇਹ ਨੰਬਰ ਹੁੰਦੇ ਨੇ ਤੇ ਆਗਿਆ ਲੈਂਦੇ ਹਾਂ ਜੀ ਕੀਤਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਮਾਂ ਦੇਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ